ਸਾਡੇ ਇੱਕ ਸਾਡਾ ਵਰਕਰ ਹੈ ਕਨਸ਼ਾਮ ਭਾਰਤੀ ਸਾਡਾ ਜਨਰਲ ਸੈਕਟਰੀ ਹੈ ਉਹਦੇ ਨਾਲ ਵੀ ਪੁਲਿਸ ਤੋਂ ਧੱਕਾ ਮੁੱਕੀ ਹੋਈ ਹੈ ਕੋਈ ਡਾਂਗ ਵੱਜੀ ਕੋਈ ਸੁੱਟਾ ਵੱਜਿਆ ਕੀ ਵੱਜਿਆ ਉਹ ਅਜੇ ਉੱਥੇ ਪਿਆ ਉਹਦਾ ਇਲਾਜ ਕਰਾਉਣੇ ਅਸੀਂ ਡਾਕਟਰ ਨੂੰ ਬੁਲਾਇਆ ਹੋਇਆ ਉਸ ਤੋਂ ਬਾਅਦ ਦੇਖਦੇ ਹਾਂ ਕੀ ਕਾਰਵਾਈ ਹੁੰਦੀ ਹੈ ਤੇ ਹੁਣ ਕੀ ਤੁਹਾਡੀ ਮੰਗ ਨੂੰ ਲੈ ਕੇ ਕਿਸ ਨੂੰ ਤੁਹਾਡੀ ਮੁਲਾਕਾਤ ਹੋਈ ਕੀ ਹੋਇਆ ਹੁੰਦਾ ਸਾਡੇ ਇੱਥੇ ਆਪਣੇ ਤਹਿਸੀਲਦਾਰ ਸਾਹਿਬ ਆਏ ਸਾਡੇ ਕੋਲੇ ਉਹਨਾਂ ਨੇ ਅਸੀਂ ਕਿਹਾ ਵੀ ਸਾਡੀ ਸਬ ਕਮੇਟੀ ਨਾਲ ਮੀਟਿੰਗ ਕਰਵਾ ਦਿਓ ਅਗਰ ਉਹ ਮੀਟਿੰਗ ਕਰਵਾਉਂਦੇ ਸਬ ਕਮੇਟੀ ਨਾਲ ਸਾਡੀ ਫੈਸਲਾ ਕਰਦੇ ਆ ਇੱਕ ਤੋਂ ਦੋ ਦਿਨਾਂ ਦੇ ਵਿੱਚ ਤਾਂ ਅਸੀਂ ਉਹਨਾਂ ਦੀ ਮੰਗ ਮੰਨ ਲਵਾਂਗੇ ਅਗਰ ਉਹ ਸਾਡੀ ਸਬ ਕਮੇਟੀ ਨਾਲ ਮੀਟਿੰਗ ਨਹੀਂ ਕਰਾਉਂਦੇ ਤਾਂ ਅਸੀਂ ਸੰਘਰਸ਼ ਆਪਦਾ ਹੋਰ ਇੱਕ ਤੇਜ਼ ਕਰਾਂਗੇ ਤਾਂ ਉੱਥੋਂ ਅੱਗੇ ਹੋ ਗਏ ਇੱਥੋਂ ਅੱਗੇ ਅਸੀਂ ਮਾਰਚ ਕਰਾਂਗੇ ਹਾਂਜੀ ਮਾਸਟਰ ਮੋਟੀਵੇਟਰ ਜੇ ਸੀ ਦੀ ਯੂਨੀਅਨ ਪੰਜਾਬ ਦੀ ਇਕੱਠੀ ਹੋਈ ਸੀ ਇੱਥੇ ਅਤੇ ਮੀਟਿੰਗ ਦੀ ਇਹ ਡਿਮਾਂਡ ਕੀਤੀ ਸੀ ਇਹਨਾਂ ਨੇ ਆਪਣੇ ਜਿਹੜੇ ਸਬ ਕਮੇਟੀ ਬਣਾਈ ਹੋਈ ਹੈ ਉਹ ਕਹਿੰਦੇ ਸਾਡੀ ਤ੍ਰਿਪਤ ਬਾਜਵਾ ਜੀ ਨਾਲ ਮੀਟਿੰਗ ਕਰਾ ਦਿਓ ਉਹ ਅਸੀਂ ਲੈਤੀ ਸੀ ਟਾਈਮ ਲੈਤਾ ਇਹਨਾਂ ਨੂੰ 10 ਵਜੇ ਤਾਂ DSP ਸਾਹਿਬ ਨੇ ਵੀ ਟਾਈਮ ਮਿਲ ਗਿਆ ਅਤੇ ਵੀ ਕੱਲ੍ਹ ਦੀ ਮੀਟਿੰਗ ਫਿਕਸ ਕੀਤੀ 9:30 ਦੀ ਉਸ ਤੋਂ ਬਾਅਦ ਕਿਉਂ ਇਹ ਦੇ ਵਰ ਸੋ ਇੰਪੇਸ਼ੈਂਟ ਬਹੁਤ ਜ਼ਿਆਦਾ ਇਹਨਾਂ ਨੇ ਇੱਥੇ ਮਤਲਬ ਅਨਰੂਲੀ ਬਿਹੇਵੀਅਰ ਕੀਤਾ ਉਹਦੇ ਕਰਕੇ ਲਾਅ ਐਂਡ ਆਰਡਰ ਸਿਚੁਏਸ਼ਨ ਜਿਹੜੀ ਹੈ ਨੈਚੁਰਲੀ ਬਿਗੜ ਰਹੀ ਸੀ ਇੱਥੇ ਤਾਂ ਉਹਨੂੰ ਕੰਟਰੋਲ ਕਰਨ ਵਾਸਤੇ ਪੁਲਿਸ ਨੇ ਜੋ ਕੀਤਾ ਕੋਈ ਇੰਜਰਡ ਵਗੈਰਾ ਵੀ ਹੋਇਆ ਮੁਲਾਜ਼ਮ ਵਗੈਰਾ ਆਪਣੇ ਪੁਲਿਸ ਨੇ ਵੀ ਮੁਲਾਜ਼ਮ ਹੋਏ ਕਿੰਨੇ ਮੁਲਾਜ਼ਮ ਇੰਜਰਡ ਹੋਏ ਜੀ ਉਹ ਲੱਗ ਜੂਗਾ ਜੀ ਹੈਗੇ ਨੇ 2-3 ਜਣੇ